Bye.
Thank you.
बाबा नानक परमेश्वर का रूप गुर परमेश्वर पार ब्रह्म परमेश्वर कहते ने अकाल पुरख को कहते ने अकाल पुरख ने मेनू जेड़ा एक ओंकार सत करता सत नाम दा जेड़ा नारा दिता उस पार ब्रह्म परमेश्वर ने दिता जे असी गुर परमेश्वर जिहड़े संसार नूं जगत नूं ਤੇ ਬਾਣੀ ਬਾਣੀ ਦਾ ਰੂਪ ਬਣ ਕੇ ਵਿਚਰਨ ਵਾਸਤੇ ਆਏ ਤੇ ਫਿਰ ਤਾਰਿਆਂ ਕਿਹਨੂੰ ਉਹਨਾਂ ਨੇ ਤਾਰਿਆਂ ਜਹਾਨ ਬਾਬੇ ਨਾਨਕ ਦੀ ਨੂਰਾਨੀ ਚਿਹਰਾ ਔਰ ਸ਼ਬਦ ਦੀ ਵਿਚਾਰ ਇੱਕ ਬਾਬਾ ਅਕਾਲ ਰੂਪ ਦੇ ਨਾਲ ਜਿਹੜੇ ਦੂਜੇ ਰਬਾਬੀ ਕੀਰਤਨੀ ਹੈ ਪਹਿਲੇ ਕੀਰਤਨੀ ਹੈ ਭਾਈ ਸਾਹਿਬ ਭਾਈ ਮਰਦਾਨਾ ਸਤਿਕਾਰ ਯੋਗ ਜਿਨ੍ਹਾਂ ਨੇ ਬਾਬਾ ਨਾਨਕ ਦਾ ਕਰੀਬ ਕਰੀਬ 70 ਸਾਲ ਸਾਥ ਨਾ ਪਾਇਆ ਉਹਨਾਂ ਨੇ ਜਹਾਨ ਉਤਾਰੇ ਤੇ ਫਿਰ ਇਸ ਜਨਮ ਮਰਨ ਦੇ ਗੇੜ ਚ ਕੌਣ ਆਇਆ ਤੇ ਕੌਣ ਨਹੀਂ ਆਇਆ ਮਾਨਕ ਟੇਕ ਰਾਖੀ ਜਿੰਦ ਲਗ ਦਰਿਆ
ਸਦਾ ਹੀ ਰਹਿ ਰਿਹਾ ਮਨ ਵਿੱਚ ਏਕ ਲੈ ਕੇ ਗੁਰੂ ਦਾ ਆਸਰਾ ਲੈ ਕੇ ਹਰ ਕਾਰਜ ਨੂੰ ਸਿੱਧ ਕੀਤਾ ਗੁਰੂ ਦੀ ਬਖਸ਼ਿਸ਼ ਨਾਲ ਜਿਹਨਾਂ ਨੇ ਤੁਹਾਡੀ ਟੇਕ ਲਈ ਹੈ ਬਲਵੰਤ ਨਾਨਕ ਉਸ ਨਾਨਕ ਦੀ ਉਸ ਕਿਰਪਾਧਾਰੀ ਉਹਨਾਂ ਨੇ ਜੰਮ ਦੂਰ ਦੁੱਖ ਨੇੜੇ ਨਹੀਂ ਆਏ ਮਨ ਕਰਕੇ ਸੁਖੀ ਹੋ ਗਏ ਮਾਨਕ ਟੇਕ ਰੱਖੀ ਇਤ ਲਗ ਤਰਿਆ ਸੰਸਾਰੇ ਜਿਤ ਲਗ ਤਰਿਆ ਸੰਸਾਰੇ ਇਤ ਲਗ ਤਰਿਆ ਸੰਸਾਰੇ ਆਪ ਤਰਿਆ ਆਪ ਤਰਿਆ
ਉਹਨੇ ਜਗਤ ਵਿੱਚ ਆਇਆ ਜਿਹੜੇ ਗੁਰੂ ਦੇ ਚਰਨੀ ਲੱਗ ਗਏ ਸੱਜਣ ਠੱਗ ਭੂਮੀਆਂ ਚੋਰ ਗੋਡੇ ਰਾਕਸ਼ ਵਰਗੇ ਵਲੀ ਕਤਾਰੀ ਹੋ ਗਏ ਜਿਨ੍ਹਾਂ ਨੇ ਗੁਰੂ ਦੇ ਨਾਲ ਜੁੜ ਕੇ ਆਪਣਾ ਜੀਵਨ ਬਣਾ ਲਿਆ ਤੇ ਬਾਬੇ ਰਾਣਕ ਦੀ ਉਸਤਤ ਦੀ ਉਹਨਾਂ ਨੂੰ ਐਮ ਨੇੜ ਨਾ ਆਇਆ ਉਹਨਾਂ ਨੇ ਕਿਰਪਾ ਕੀਤੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਦੋਂ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਸਾਹਿਬ ਦਾ ਜਨਮ ਹੋਇਆ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਤਾਂ ਸਾਰੇ ਲੁਕਾਈ ਵਿੱਚ ਜਗਤ ਵਿੱਚ ਇੱਕ ਖੁਸ਼ੀ ਦੀ ਲਹਿਰ ਸਭ ਜਗ੍ਹਾ ਦੌੜ ਗਈ ਕਿਉਂਕਿ ਚੰਨ ਸੂਰਜ ਤਾਰੇ ਅੰਬਰ ਧਰਤੀ ਜਿੰਨੀ ਕੁਦਰਤ ਸੀ ਸਾਰੀ ਬਹਿ ਗਈ ਗੁਰੂ ਸਾਹਿਬ ਦੇ ਆਉਣ ਦਾ ਇਹ ਸੱਦਾ ਸਭ ਨੂੰ ਮਿਲ ਗਿਆ ਤਾਂ ਜਿਹੜੀ ਦਾਈ ਦੌਲਤਾਂ ਦਾਈ ਜਿਹਨੇ ਗੁਰੂ ਸਾਹਿਬ ਜੀ ਦੇ ਆਮ ਤੌਰ ਤੇ ਆਹ ਵੀ ਦੇਖਿਆ ਹੋਇਆ ਕਿ ਜਦੋਂ ਕਿਸੇ ਬਾਲਕ ਦਾ ਜਨਮ ਹੁੰਦਾ ਤਾਂ ਹਮੇਸ਼ਾ ਦਾਈ ਨੂੰ ਹਮੇਸ਼ਾ ਇਹ ਲਾਲਚ ਹੁੰਦਾ ਕਿ ਮੈਨੂੰ ਵਡਿਆਈ ਮਿਲੇ ਪੈਸਾ ਮਿਲੇ ਇੱਜ਼ਤ ਮਿਲੇ ਤਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰੀ ਦੌਲਤਾਂ ਦਾਈ ਦੇ ਦਰਸ਼ਨ ਕੀਤੇ ਸਾਧ ਸਿੰਘ ਜੀ ਤਾਂ ਸਾਰੀਆਂ ਤ੍ਰਿਸ਼ਨਾ ਸਾਰੀਆਂ ਭੁੱਖਾਂ ਮਿਟ ਗਈਆਂ ਜਦੋਂ ਮਹਿਤਾ ਕਾਲੂ ਜੀ ਮੋਹਰਾਂ ਦਾ ਥਾਲ ਰੁਪਈਏ ਲੈ ਕੇ ਉਸ ਦੇ ਅੱਗੇ ਆਏ ਤਾਂ ਆਖਿਆ ਹੱਥ ਜੋੜ ਦਿੱਤੇ ਨਹੀਂ ਕੁਛ ਨਹੀਂ ਚਾਹੀਦਾ ਅੱਜ ਤੋਂ ਬਾਅਦ ਅੱਖਾਂ 'ਚ ਵਰਾਗ ਆ ਗਿਆ ਆਖਿਆ ਮਹਿਤਾ ਜੀ ਜਿਹੜੇ ਅੱਜ ਮੈਂ ਦਰਸ਼ਨ ਕਰਕੇ ਆਈ ਹਾਂ ਜੋ ਅੱਜ ਮੈਂ ਦੇਖਿਆ ਇਤਨੇ ਬਾਲਕ ਜੰਮੇ ਪਰ ਐਸਾ ਬਾਲਕ ਨੋਰਾਨੀ ਚਿਹਰੇ ਹੱਸਦਾ ਖੇੜਾ ਕਦੀ ਨਹੀਂ ਵੇਖਿਆ ਮੈਨੂੰ ਹੁਣ ਮੋਹਰਾਂ ਦੀ ਲੋੜ ਨਹੀਂ ਹੈ ਇਹ ਕੋਈ ਨੋਰਾਨੀ ਜੋਤ ਹੈ ਜਿਹੜੀ ਸੰਸਾਰ ਨੂੰ ਤਾਰਨ ਆਈ ਹੈ ਪਰ ਫਿਰ ਵੀ ਇਹ ਸੰਸਾਰ ਵਿੱਚ ਜਗਤ ਵਿੱਚ ਭੁਲੇਖਾ ਬਣ ਗਿਆ ਤੇ ਬਾਬੇ ਨਾਨਕ ਨੂੰ ਉਦਾਸੀ ਕਰਨੀ ਪਈ ਜਾਣਾ ਪਿਆ ਕਿਉਂਕਿ ਜਿੱਥੇ ਉਹਨਾਂ ਦਾ ਜਨਮ ਹੋਇਆ ਰਾਏ ਬਲਾਰ ਉੱਥੇ ਦੇ ਰਹਿਣ ਵਾਲੇ ਸੀ ਸਿਰਫ ਇੱਕੋ ਹੀ ਇਤਿਹਾਸ ਵਿੱਚ ਨਾਮ ਆਉਂਦਾ ਰਾਏ ਬਲਾਰ ਜੀ ਦਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਚਾਣਿਆ ਕਿ ਇਹ ਕਿਹੜੀ ਮਹਾਨ ਸ਼ਖਸੀਅਤ ਇਹ ਕਿੱਡੀ ਵੱਡੀ ਜੋਤ ਹੈ ਆਓ ਫਿਰ ਅਸੀਂ ਵੀ ਉਸ ਜੋਤ ਦੇ ਅੱਜ ਦਰਸ਼ਨ ਕਰਕੇ ਵਿਚਾਰ ਕਰਕੇ ਸ਼ਬਦ ਨਾਲ ਆਪਣੇ ਮਨ ਦੀ ਸ਼ਾਂਤੀ ਮਨ ਦੀ ਤ੍ਰਿਪਤੀ ਲੱਭ ਲਈਏ।